ਚੁੰਬਕੀ ਨੱਚਦੀਆਂ ਗੁੱਡੀਆਂ ਬਹੁਤ ਆਸਾਨੀ ਨਾਲ ਬਣਦੀਆਂ ਹਨ। ਤੁਹਾਨੂੰ ਲੋੜ ਹੈ ਇੱਕ ਲੱਕੜੀ, ਉੱਨ, ਕਾਰਡਸ਼ੀਟ, ਬੂਟ, ਪੇਚ, ਚੁੰਬਕ ਅਤੇ ਕੁਝ ਹੋਰ ਚੀਜ਼ਾਂ ਦੀ। ਇੱਕ ਗੋਲ ਪੇਚ ਲਓ ਅਤੇ ਪੇਚਕਸ ਨਾਲ 3 ਸੈਂਟੀਮੀਟਰ ਲੰਬੇ ਝਾੜੂ ਦੇ ਤੀਲੇ ਹੇਠਾਂ ਕੱਸੋ। ਫਿਰ ਸਿੱਕ ਦੇ ਦੂਸਰੇ ਹਿੱਸੇ ਜੋ ਕਿ ਝਾੜੂ ਦੇ ਤੀਲੇ ਨੂੰ ਵੀ ਕਹਿੰਦੇ ਹਨ, ਨੂੰ ਵਿਚਕਾਰ ਕੱਟੋ ਅਤੇ ਤਾਰ 'ਤੇ ਬੜੇ ਹੋਏ ਹੱਥਾਂ ਨੂੰ ਲਗਾਓ। ਫਿਰ ਇੱਕ ਗੱਤੇ 'ਤੇ ਛੋਟਾ ਜਿਹਾ ਚਿਹਰਾ ਬਣਾ ਕੇ ਇਸ ਸੀਕ ਵਿੱਚ ਫਸਾ ਦਿਓ। ਇਸੇ ਤਰ੍ਹਾਂ ਲੜਕੀ ਦੀ ਵੀ ਗੁੱਡੀ ਬਣਾਓ। ਫਿਰ ਇਹਨਾਂ ਨੂੰ ਕੱਪੜੇ ਵਗੈਰਾ ਪਹਿਨਾਓ, ਉੱਨ ਨੂੰ ਗੋਲ ਗੋਲ ਕਰਕੇ ਲਪੇਟੋ। ਇਸ ਨਾਲ ਗੁੱਡੀਆਂ ਆਕਰਸ਼ਕ ਬਣਨਗੀਆਂ। ਤੁਸੀਂ ਚਾਹੋ ਤਾਂ 2 ਰੰਗਾਂ ਦੀ ਉੱਨ ਵੀ ਇਸਤੇਮਾਲ ਕਰ ਸਕਦੇ ਹੋ। ਇਸ ਤਰ੍ਹਾਂ ਇੱਕ ਲੜਕਾ ਤੇ ਇੱਕ ਲੜਕੀ ਦੀਆਂ ਗੁੱਡੀਆਂ ਤਿਆਰ ਕਰ ਲਵੋ। ਦੋਨਾਂ ਨੂੰ ਤਿਆਰ ਕਰਨ ਲਈ ਤੁਸੀਂ ਵੱਖ ਵੱਖ ਤਰ੍ਹਾਂ ਦੀ ਉੱਨ ਦਾ ਇਸਤੇਮਾਲ ਕਰਕੇ ਇਹਨਾਂ ਨੂੰ ਹੋਰ ਖੂਬਸੂਰਤ ਬਣਾ ਸਕਦੇ ਹੋ। ਇਸ ਤਰ੍ਹਾਂ ਇਹਨਾਂ ਨੂੰ ਚੁੰਬਕਾਂ ਨੂੰ ਕਾਰਡਸ਼ੀਟ 'ਤੇ ਹੇਠਾਂ ਰੱਖੋ ਅਤੇ ਗੁੱਡੀਆਂ ਨੂੰ ਉੱਪਰ ਰੱਖੋ ਅਤੇ ਜਦੋਂ ਤੁਸੀਂ ਚੁੰਬਕ ਹਿਲਾਓਗੇ ਇਹ ਪੇਚਾਂ ਨੂੰ ਫੜੇਗੀ ਅਤੇ ਜਿਸ ਨਾਲ ਇਹ ਗੁੱਡਾ ਗੁੱਡੀ ਸੱਜੇ ਖੱਬੇ ਨੱਚਦੇ ਹੋਏ ਆਕਰਸ਼ਕ ਨਾਚ ਪੇਸ਼ ਕਰਨਗੇ।